ਮੈਂਬਰ ਤੇ ਸੁਖਦੇਵ ਸਿੰਘ ਟਾਈਗਰ ਸਪੋਰਟਸ ਕਲੱਬ ਸਾਂਦਰੇ ਦੀ ਟੀਮ ਦੇ ਮੈਂਬਰ ਰਹੇ ਨੇ 30 ਸਾਢੇ 30 ਨੰਬਰ ਰਹੇ ਨੇ ਸਾਢੇ 30 ਨੰਬਰਾਂ ਦੇ ਨਾਲ ਬਾਈ ਰੈਂਕੁਣਾ ਦੀ ਟੀਮ ਜਿਹੜੀ ਉਹ ਚੱਲਦੇ ਮੈਚ ਦੇ ਵਿੱਚ ਜਿੱਤੂ ਰਹੀ ਹੈ ਤੇ ਨੈਕਸਟ ਮੈਚ ਜਲਦੀ ਜਾਓ ਛੋਟੇ ਬੱਚੇ ਸਾਡੇ ਮਹਿਤਾਬ ਗੱਗੀ ਅਤੇ ਹੈਰੀ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਦੌੜ ਲਾਈ ਹੈ। ਇਹਨਾਂ ਛੋਟੇ ਵੀਰਾਂ ਦਾ ਵੀ ਧੰਨਵਾਦ ਜਿੰਨੀ ਸੰਗਤ ਬੈਠੀ ਹੈ। ਮੈਂ ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ। ਕਬੱਡੀ ਅੱਜ ਹੋ ਰਹੀ ਹੈ ਵੱਡੇ ਪੱਧਰ 'ਤੇ, ਟੀਮਾਂ ਝੋਟੀ ਦੀਆਂ ਵਾਲੀ ਪੱਤਣ ਸਾਹਿਬ ਗੱਲ ਕਰ ਰਹੇ ਸਨ ਮੈਦਾਨ ਦੇ ਵਿੱਚ। ਸੋ ਹੁਣ ਇੱਕ ਪਾਸੇ ਟੀਮ ਜਿਹੜੀ ਹੈ ਖੇਡ ਮੈਦਾਨ ਦੇ ਵਿੱਚ ਮਾਲਪੁਰ ਸ਼ਹੀਦਾਂ ਦੀ ਆਈ ਹੈ ਗਰਾਊਂਡ ਦੇ ਵਿੱਚ। ਮੇਰੇ ਤੋਂ ਸੱਜੇ ਹੱਥ ਖੇਤਾਂ ਵਾਲੀ ਸਾਈਡ ਔਰ ਸੜਕ ਵਾਲੇ ਪਾਸੇ ਟੀਮ ਜਿਹੜੀ ਹੈ ਲਹਿਲੀ ਕਲਾਂ ਦੀ ਹੈ। ਬਹੁਤ ਤਕੜਾ ਮੈਚ ਖੇਡਿਆ ਜਾਣਾ ਹੈ ਕਿ ਬੱਜਣਗੀਆਂ ਕੈਂਚੀਆਂ ਅਤੇ ਨਾਲੇ ਧੌਲ ਧੱਫੇ ਚਟਾਨਾਂ ਵਾਂਗੂ। ਦੇਖੋ ਅੱਜ ਕੌਣ ਟਕਰਾਊਗਾ, ਮੋੜੂਗਾ ਮੂੰਹ, ਅੱਜ ਕੌਣ ਸ਼ੂਕ ਦੇ ਤੂਫਾਨਾਂ ਦੇ ਖੇਡ ਆਪਣੀ ਦਾ, ਅੱਜ ਕੌਣ ਲੋਹਾ ਮਨਵਾਊਗਾ। ਖਾਧੀ ਹੋਈ ਖੁਰਾਕ, ਲਾਈ ਹੋਈ ਮਿਹਨਤ ਦਾ ਪਤਾ ਲੱਗੋ। ਮਾਰ ਕੇ ਥਾਪੀ ਅੱਜ ਕਿਹੜਾ ਨੰਬਰ ਲੈ ਕੇ ਆਊਗਾ, ਮਾਰ ਕੇ ਥਾਪੀ ਅੱਜ ਕਿਹੜਾ ਨੰਬਰ ਲੈ ਕੇ ਆਊਗਾ। ਸਿਰੇ ਦਾ ਹਾਂਜੀ ਰਾਜ ਭਾਜੀ ਆ ਗਿਆ ਲਾਗੇ, ਕਹਿੰਦੇ ਵੀ ਚੰਨੀ ਜਿੰਨੀਆਂ ਕਬੱਡੀਆਂ ਪਾ ਕੇ ਨੰਬਰ ਜੋੜੇਗਾ ਉਨੀ। ਚੰਨੀ ਭਾਜੀ 200 ਦਿਓ, ਬਾਪੂ ਗਾਂਧੀ ਵਾਲਾ ਨਵਾਂ ਨੋਟ, ਫਿਰ ਗੱਲ ਵੱਖਰੀ ਹੋ ਜਾਣੀ ਹੈ। ਆ ਵੀ ਬਾਬਾ ਆਇਆ ਸਾਡਾ ਭਰਾ ਕਰਤਾਰਪੁਰ ਦੇ ਲਾਗਿਓਂ, ਜੋ ਅੰਗਹੀਣ ਹੈ ਗੁਰਪ੍ਰੀਤ ਗੋਪੀ ਫਤਿਹ ਜਲਾਲ। ਮਾਂ ਬਾਪ ਸਿਰ ਦੇ ਉੱਪਰ ਹੈ ਨਹੀਂ, ਤਿੰਨ ਭੈਣਾਂ ਜੋ ਵਿਆਹੁਣ ਯੋਗ ਨੇ। ਆਪ ਹੱਥਾਂ ਪੈਰਾਂ ਤੋਂ ਅੰਗਹੀਣ ਹੈ। ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਕਿ ਇਸ ਵੀਰ ਦਾ ਵੱਧ ਤੋਂ ਵੱਧ ਮਾਨ ਸਨਮਾਨ ਜ਼ਰੂਰ ਕਰਿਓ। ਸੋ ਸਾਰੀ ਸੰਗਤ ਨੂੰ ਬੇਨਤੀ ਹੈ। ਬਹੁਤ ਤਕੜਾ ਮੈਚ ਸ਼ੁਰੂ ਹੋਣ ਜਾ ਰਿਹਾ ਖੇਡ ਮੈਦਾਨ ਦੇ ਵਿੱਚ, ਐਨ ਸਿਰੇ ਦਾ ਮੈਚ ਤੱਕਣ ਯੋਗ ਹੋਵੇਗਾ। ਦੋਨੋਂ ਟੀਮਾਂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਨੇ। ਦੀ ਧਰਤੀ ਦੇ ਵੀ ਵੱਡਾ ਖੇਡ ਮੇਲਾ, ਪਹਿਲੀ ਰੇਡ ਪੈ ਚੁੱਕੀ ਖੇਡ ਮੈਦਾਨ ਅੰਦਰ ਤੇ ਦੇਖਾਂਗੇ ਵੀ ਕੌਣ ਡੱਕਦਾ। ਬਿੱਲ ਲਾਲੀ ਹੁਣ ਕਰੂ ਕਿਹੋ ਜਿਹਾ ਕਮਾਲ, ਚਾਰ ਜਾਫੀਆਂ ਦੇ ਵਿੱਚ ਪਰਲੀ ਕੰਨੀ ਦੇ ਜਿਹੜਾ ਮੁੰਡਾ ਹੈ ਉਹਦਾ ਨਾਮ ਗੁਰਜੰਟ ਹੈ, ਪਰ ਆਹ ਦੇਖਾਂਗੇ ਵੀ ਸੀਚੇ ਵਾਲੀ ਹੈ ਬਿੰਦੂ ਹੈ, ਐਨ ਸਿਰਾ ਕਰਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ। ਆਓ ਬੱਲੇ 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 ਤੇ ਨੰਬਰ, ਕਹਿੰਦੇ ਵੀ ਲਾਲੀ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜਦਾ ਹੋਇਆ ਕਿ ਲੱਖ ਲੱਖ ਮੁੱਲ ਪੈਂਦਾ ਕੱਲੀ ਕੱਲੀ ਰੇਡ ਦਾ, ਜੀ ਜਿੰਦ ਨਾਲ ਯਾਰੋ ਜਿਹੜਾ ਹੈ ਕਬੱਡੀ ਖੇਡਦਾ ਹੈ। ਡੇਰਾ ਬਾਬਾ ਨਾਨਕ ਤੋਂ ਆਇਆ ਮੁੰਡਾ, ਆਓ ਗੱਜਣ ਸਿੰਘ ਨਾਮ ਹੈ, ਕਹਿੰਦੇ ਵੀ ਇਸ ਵੇਲੇ ਪਾਈ ਹੋਈ ਕਬੱਡੀ ਹੈ। ਉਧਰਲੇ ਪਾਸੇ ਲੱਗਦਾ ਹੋਇਆ ਖੇਡ ਮੈਦਾਨ ਵਿੱਚ ਰਾਣੇ ਵੱਲੋਂ ਜੱਫਾ, ਵੀ ਰਾਣਾ ਵੀ ਖੁੱਜ ਨੂੰ ਪੁੱਟੀ ਬੈਠਾ ਇਸ ਵੇਲੇ ਖੇਡ ਮੈਦਾਨ ਦੇ ਪੱਲੇ ਬੱਲੇ ਕਰਵਾਉਂਦਾ ਹੋਇਆ, ਕਹਿੰਦੇ ਵੀ ਮਾਲਪੁਰ ਸ਼ਹੀਦਾਂ ਦੀ ਟੀਮ ਉਧਰਲੇ ਪਾਸੇ ਗੱਜਣ ਦੀ ਪਾਈ ਹੋਈ ਕਬੱਡੀ, ਕਿ ਪੱਲੇ ਸ਼ੇਰ ਜਵਾਨਾ ਖੇਡੀ ਜਾ ਵਿੱਚ ਮੈਦਾਨਾ, ਕਿ ਬੱਲੇ ਉਹ ਸ਼ੇਰ ਜਵਾਨਾ ਖੇਡੀ ਜਾ ਵਿੱਚ ਮੈਦਾਨਾ। ਐਨ ਸਿਰੇ ਦਾ ਜੱਫਾ ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਵੀ ਰਾਣੇ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ। ਇਧਰਲੇ ਪਾਸੇ ਕੌਣ ਕਬੱਡੀ ਪਾ ਰਿਹਾ, ਵੀ ਸ਼ੇਰੇ ਦੀ ਪਾਈ ਹੋਈ ਕਬੱਡੀ ਹੈ, ਤੇ ਇਧਰਲੇ ਪਾਸੇ ਮੇਜਰ ਟਾਉਰ ਪਰਿਵਾਰ ਦਾ ਵੱਡਾ ਨਾਮ ਹੈ ਧਾਲੀਵਾਲ ਦੀ ਧਰਤੀ ਤੇ, ਨਾਲ ਪਿੰਡੂ ਸੀਚੇ ਵਾਲੀ ਹੈ ਤੇ ਨਾਲ ਕਹਿੰਦੇ ਵੀ ਵਾਹਿਗੁਰੂ ਸੀਚੇ ਵਾਲੀ ਹੈ। ਤੇ ਇਧਰਲੇ ਪਾਸੇ ਤਰਲੋਚਨ ਧਾਮੀ ਨੇ ਫੈਸਲਾ ਕੀਤਾ ਵੀ ਨੰਬਰ ਰੇਡਰ ਦਾ ਹੈ, ਨੰਬਰ ਮਾਲਪੁਰ ਸ਼ਹੀਦਾਂ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ।
अगली कबड्डी तंदूपुरी झंड परिवार के धर्मे ने पाई है खेड मैदान धर्म नाल मुंडे की खेड तकन योग है। इस वेले पाई हुई कबड्डी हैप्पी पदयाने वाला भी देखता है भी धर्मा करू कहो जहा कमाल। उधर पंगड़ भी देखना मेरे भीर के नाल पिंड भी जोगा सिंह का पुत्र तुन्ना है बेंदा गरेवाल जी तकते भी बल्ले बल्ले हुई पई है खेड मैदान उन्नी नू भी रौनक बड़िया ही लगनी है। ते चल भी गबरू है बाहा कबड्डी खेड मैदान के परखे जाने विच मैदाने मित्रों अज जोर जवाना दे लहरी कलां दी टीम खेड़ती हुई लाली कोचां दे तौर ते जाणिया जांदा दुनिया दे विच नाम कमाउणे सौखे नहीं किते भी कुछ करना होवे फिर गल्लां हुंदियां कि कोशिश करने वालों की कभी हार नहीं होती और कोशिश करने वालों की कभी हार नहीं होती कुछ किए बिना कभी जय जयकार नहीं होती। ये ऐसी चेवड़िया वाहेगुरु जिन्हें कोशिश की पर नंबर जिहड़ा धावी दे हिस्से जुड़ गया ऐन सिरे का मुकाबला खेडिया जा रहा है। इधरले पासे रकना ढाहा वाले की कबड्डी है भी रकना ढाहा वाला पंती विदेशों के बैठा साडा भरा साडा भरा बिंदा गरेवाल जी बड़े मन पंजाबी बोलां दे पुजदा करदा 500 दे लई सो धन्नवाद है जी साडा बिंदा गरेवाल जिन्हां दी प्रबंधकी दे हेठ 19 तरीक नूं रौनक लगनी है। इंद्रजीत तुन्ने हुणां ने भी पूरा जोर लाया टीमां सदन दे लई इहनां भरावां दा धन्नवाद। चल भी गबरू आ पा कबड्डी नौजवान हाँ जी परमजीत पम्मा जी खटकड़ कलां तो आए है जो इंग्लैंड तो आए उन्हों का भी बहुत बहुत धन्यवाद है। सो खटकड़ कलां भी प्रसिद्ध है शहीद आजम सरदार भगत सिंह की जो गल चलती है फिर उस नगर का नाम आता है। सो गल जरूर करा चलते मैच के पर गल जुड़ीए खेड मैदान के आओ गुरजंट आ मुंडे कबड्डी के दात्र कहते हैं जिन्हें खेड मैदान जफा भरया भी दात्रा हूँ गल वक्री खेड मैदान होनी है भी कुछ करना पैना पानी सिर तो लंघिया जा रहा है भी पानी सिर तो लंघता जा रहा है। और साढ़े गुरमुख सिंह जी इंग्लैंड वाले उन्होंने भी बड़े सहयोग पुजदा की क्लब के मैंबरों को मैं बहुत बहुत धन्यवादी हाँ इन्होंने सारिया शख्सियतों का। उधरले पासे कौन है भी गोपी इनू स्पैरो कहते प्यार दे नाल गोपी स्पैरो की रेड ते नंबर गोपी ने अपनी टीम के खाते के जोड़ लिया है। एन सिरे का मुकाबला इस वेले खेड मैदान में खेडिया जा रहा है कि जेडे अणखां दे हुंदे आ दीवाने वो सच्ची गल बोल देंदे आ सौखा नहीं मैदान में गजना बगाने पुत्र रोल देंदे है कि सौखा नहीं मैदान में गजना बगाने पुत्र रोल देंदे है। इधरले पासे हुण कौन है भी पिंडू सीचेवाड़ी है चढ़ती बरेस का खिलाड़ी है रैंक गल कर रहा सी भी आलमगीर ये मुंडे चढ़ती बरेस दे है मालक इन्हां ते कृपा करन बल्ले बल्ले इन्हां खिलाड़ियों की ये पिंडू है जिन्हें जफा भर के अपनी टीम के खाते नंबर जोड़ दिता है। हरदीप सिंह कारीवल कारी ते सारी दो नगर कहते भी बैंस परिवार की गल कारी नगर होंगी है बलविंदर सिंह बैंस काका कारी वाला दुनिया का रुस्तम खिलाड़ी है उस नगर का हरदीप खेड मैदान इस वेले कबड्डी पाता हुआ केने केने मारे डंड केने केने चुंगियां ने बूरियां उधले पासे होया मुकाबला के पीड़ी गली विच हो गए टाकरे खड़ गया बाहो फड़ के भज जा वे मित्रा हुण टकुए ते टकुआ खड़ के भज जा वे मित्रा हुण टकुए ते टकुआ हाँ सुरजीत सिंह जी धामी साहब ही आए हैं उन्होंने भी धन्यवाद बहुत बहुत जी आया सारी प्रबंधकी कमेटी के वालों असी स्वागत करते हैं। कहते भी साढ़े हाड़ी कनेडा के बैठे लश्कर सिंह के बेटे वालों पहला इनाम है सो ये बड़े माण की गल है। इधरले पासे जिले कपूरथले का आ खिलाड़ी है धारीवल बेट पिंड का जिन्हें जफा भर के अपनी टीम के लिए नंबर जोड़िया बहुत धन्यवाद जी गजन की रेड पै चुकी है भाई अगला शेड्यूल चनी जी तैयार करवाओ अगला शेड्यूल तैयार करा दो सैमी मैच होना है केड़ियां दो टीमां आउणगियां अगले मैच दे उन्हां नूं सद्दा दित्ता जावे साढ़े करमजीत उन्हां दे बेटे चनी उन्हां दा भी नाम है। सो इधरले पासे खेड मैदान दे विच फिर कबड्डी दी गल चलदी हुई
ਭਾਦਤੀ ਕਬੱਡੀ ਚਾਰ ਖਿਡਾਰੀਆਂ ਦੇ ਉੱਪਰ ਬੋਲਦਾ ਧਾਵਾ ਕਿ ਜਿਹੜਾ ਤੀਰ ਨਿਸ਼ਾਨੇ ਉਹ ਖੁੰਝ ਜਾਏ ਉਹ ਕਾਹਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰਜੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰਜੇ ਵਾਰ ਧਰਮਾ ਦੰਦੂਪੁਰੀ ਹੈ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਵਾਸਤੇ ਵਧਿਆ ਹੋਇਆ ਦੇਖਾਂਗੇ ਵੀ ਕੌਣ ਡੱਕ ਪਾਉਂਦਾ ਝੰਡ ਪਰਿਵਾਰ ਦਾ ਗੱਭਰੂ ਇਸ ਵੇਲੇ ਕਬੱਡੀ ਪਾ ਰਿਹਾ ਤਰਨਾ ਗਿੱਧ ਵੀ ਅਮਰੀਕਾ ਦੇ ਵਿੱਚ ਬੈਠਾ ਤੇ ਧਰਮਾ ਰੇਡ ਪਾ ਰਿਹਾ ਹਾਂਜੀ ਟਾਈਆਂ ਪੈਣ ਜਾ ਰਹੀਆਂ ਵੀ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਵੀ ਜੇਤੂ ਟੀਮਾਂ ਦਾ ਸੀਨੀਅਰ ਖਿਡਾਰੀ ਜਾਂ ਕੋਚ ਆ ਜਾਵੇ ਸਟੇਜ ਦੇ ਲਾਗੇ ਟਾਈਆਂ ਪਾ ਕੇ ਮੈਚ ਅਨਾਊਂਸ ਕਰ ਦੇਣੇ ਆ ਤੇ ਇੱਧਰਲੇ ਪਾਸੇ ਧਰਮਾ ਦੰਦੂਪੁਰੀ ਹੈ ਪਹਿਲਾਂ ਮੁੰਡੇ ਨੇ ਭਲਵਾਨੀ ਕੀਤੀ ਫਿਰ ਕਬੱਡੀ ਦੇ ਵਿੱਚ ਹੁਣ ਬੱਲੇ ਬੱਲੇ ਹੈ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹਾਂ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹਾਂ ਇਹ ਧਰਮਾ ਦੰਦੂਪੁਰੀ ਆਪਣੀ ਟੀਮ ਦੇ ਖਾਤੇ ਨੰਬਰ ਜੋੜ ਗਿਆ ਮੱਖਣ ਦੋ ਨੰਬਰ ਤੇ ਹੈ ਨਾਲ ਪਿੰਦੂ ਹੈ ਮੇਜਰ ਹੈ ਗੁਰਜੰਟ ਦਾਤਰ ਹੈ ਤੇ ਇੱਧਰਲੇ ਪਾਸੇ ਕਬੱਡੀ ਜਿਹੜੀ ਹੈ ਮਾਲਪੁਰੀ ਦੀ ਪਾਈ ਹੋਈ ਖੇਡ ਮੈਦਾਨ ਦੇ ਵਿੱਚ ਹੈ ਦੇਖਾਂਗੇ ਜੀ ਕੌਣ ਟੱਕਦਾ ਸੀਚੇ ਵਾਲੀ ਆ ਨੌਜਵਾਨ ਸੁਲਤਾਨਪੁਰ ਲੋਧੀ ਦੀ ਧਰਤੀ ਹੈ ਤੇ ਇੱਧਰਲੇ ਪਾਸੇ ਪਿੰਦੂ ਕੋਸ਼ਿਸ਼ ਕਰਦਾ ਹੋਇਆ ਪਰ ਨੰਬਰ ਢਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਮਾਲਪੁਰ ਸ਼ਹੀਦਾਂ ਦੀ ਟੀਮ ਦੇ ਵਾਸਤੇ ਇੱਕ ਨੰਬਰ ਦਾ ਵਾਅਦਾ ਕਰ ਲੈਂਦਾ ਇਸ ਨੌਜਵਾਨ ਨੇ ਤੇ ਰੱਕੜਾ ਢਾਹਾਂ ਵਾਲਾ ਹੈਪੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਅਸੀਂ ਖੇਡੀਏ ਤੇ ਪਿੰਡਾਂ ਨਾ ਕਰੀਏ ਉੱਚਾ ਸਾਡੇ ਸਿਰ ਤੇ ਰੱਬਾ ਹੱਥ ਤੇਰਾ ਚਾਹੀਦਾ ਡੌਲਿਆਂ ਚ ਪਾਈ ਹੋਈ ਜਾਨ ਪੱਟਾਂ ਵਿੱਚ ਜ਼ੋਰ ਨਹੀਂ ਬਥੇਰਾ ਚਾਹੀਦਾ ਕਿ ਰੰਗੜਾਂ ਵਾਲਿਆ ਬਿਨਾਂ ਦਿਲ ਤੋਂ ਕਬੱਡੀ ਨਹੀਂ ਖੇਡ ਹੁੰਦੀ ਕਿ ਸੀਨੇ ਵਿੱਚ ਸ਼ੇਰ ਜਿੰਨਾ ਦਿਲ ਚਾਹੀਦਾ ਕਿ ਸੀਨੇ ਵਿੱਚ ਸ਼ੇਰ ਜਿੰਨਾ ਦਿਲ ਚਾਹੀਦਾ ਬੱਲੇ 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 ਹੋਈ ਪਈ ਖੇਡ ਮੈਦਾਨ ਦੇ ਵਿੱਚ ਤੇ ਉਹ ਭੱਜਾ ਆਉਂਦਾ ਕਿ ਗੱਡੀ ਪੁੱਜ ਗਈ ਹੈ ਸਟੇਸ਼ਨ ਤੇ ਪਰ ਹੱਟ ਬਾਬੂ ਆ ਵੀ ਸਾਨੂੰ ਮਾਹੀਆ ਵੇਖਣ ਦੇ ਨੰਬਰ ਧਾਵੀ ਦਾ ਹੋ ਗਿਆ ਹਾਂਜੀ ਰਮਦਾਸ ਦੀ ਟੀਮ ਦੇ ਕੋਚ ਨੂੰ ਬੇਨਤੀ ਹੈ ਕਿ ਸਟੇਜ ਦੇ ਉੱਪਰ ਪੁੱਜ ਜੇ ਜਲਦੀ ਦੇ ਨਾਲ ਟਾਈਆਂ ਪੈਣ ਜਾ ਰਹੀਆਂ ਰਮਦਾਸ ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਰਮਦਾਸ ਦੀ ਟੀਮ ਦਾ ਇੱਕ ਖਿਡਾਰੀ ਜਾਂ ਕੋਚ ਸਟੇਜ ਦੇ ਉੱਪਰ ਪੁੱਜਿਆ ਬਿਨਾਂ ਕਿਸੇ ਦੇਰੀ ਤੋਂ ਚੱਲ ਵੀ ਸਪੈਰੋ ਪਾ ਕਬੱਡੀ ਨੌਜਵਾਨ ਅੱਜ ਲਹਿਲੀ ਕਲਾਂ ਦੀ ਧਰਤੀ ਤੇ ਰੌਣਕਾਂ ਵੱਡੀਆਂ ਲੱਗੀਆਂ ਪਹਿਲੇ ਸਾਲ ਦਾ ਖੇਡ ਮੇਲਾ ਦਰਸ਼ਕ ਆਨੰਦ ਮਾਣਦੇ ਚੱਲਦੇ ਮੇਲੇ ਦਾ ਤੇ ਉਧਰਲੇ ਪਾਸੇ ਗੋਪੀ ਕੋਈ ਸਪੈਰੋ ਕਹਿੰਦਾ ਗੋਪੀ ਨੂੰ ਜਿਹਨੇ ਕਬੱਡੀ ਪਾਈ ਹੋਈ ਹੈ ਖੇਡ ਮੈਦਾਨ ਦੇ ਵਿੱਚ ਤੇ ਉਧਰਲੇ ਪਾਸੇ ਚਾਰ ਨੇ ਹਉ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਚੱਲਦਾ ਹੋਇਆ ਬੱਲੇ 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 ਹੁੰਦੀ ਹੋਈ ਖੇਡ ਮੈਦਾਨ ਵਿੱਚ ਗੋਪੀ ਸਹਿ ਗੋਪੀ ਡੱਕਦਾ ਸਪੈਰੋ ਨੂੰ ਪਰ ਨੰਬਰ ਜਿਹੜਾ ਧਾਵੀ ਦੇ ਹਿੱਸੇ ਜੁੜ ਗਿਆ ਨੰਬਰ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਵੱਡੇ ਮਾਨ ਸਨਮਾਨ ਦਿੱਤੇ ਜਾਣੇ ਆ ਅੱਜ ਇਹਨਾਂ ਖਿਡਾਰੀਆਂ ਨੂੰ ਲਹਿਲੀ ਕਲਾਂ ਦੀ ਧਰਤੀ ਤੇ ਵੀ ਦੁਨੀਆ ਦੇ ਵੱਡੇ ਮੱਲ ਪੁੱਜੇ ਅੱਜ ਖੇਡਣ ਦੇ ਲਈ ਸਾਰੇ ਕਬੱਡੀ ਦੇ ਖਿਡਾਰੀਆਂ ਦਾ ਮੈਂ ਪ੍ਰਬੰਧਕਾਂ ਵੱਲੋਂ ਬਹੁਤ ਬਹੁਤ ਸਤਿਕਾਰ ਕਰਦਾ ਜੀ ਆਇਆਂ ਨੂੰ ਨਸਰਾਲੇ ਵਾਲੇ ਲੱਕੀ ਦੀ ਗੱਲ ਜਾਂ ਫਿਰ ਕੋਠਿਆਂ ਵਾਲੇ ਕਹਿੰਦੇ ਵੀ ਅੱਜ ਲੱਖੇ ਦਾ ਵੀ ਵੱਡਾ ਨਾਮ ਹੈ ਤੇ ਪਹਿਲਾ ਸੈਮੀ ਫਾਈਨਲ ਮੈਚ ਸੁਖਦੇਵ ਸਿੰਘ ਟਾਈਗਰ ਕਬੱਡੀ ਕਲੱਬ ਸਾਂਦਰਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਬੱਡੀ ਕਲੱਬ ਹੁਸ਼ਿਆਰਪੁਰ ਪਹਿਲੇ ਸੈਮੀ ਫਾਈਨਲ ਦੀਆਂ ਟੀਮਾਂ ਜਲਦੀ ਦੇ ਨਾਲ ਬਿਨਾਂ ਕਿਸੇ ਦੇਰੀ ਤੋਂ ਗਰਾਊਂਡ ਦੇ ਵਿੱਚ ਆਉਣਗੀਆਂ ਇੱਕ ਪਾਸੇ ਸਾਂਦਰਾ ਤੇ ਦੂਸਰੇ ਪਾਸੇ ਹੁਸ਼ਿਆਰਪੁਰ ਪਹਿਲਾ ਸੈਮੀ ਫਾਈਨਲ ਮੈਚ ਹੋਵੇਗਾ ਟੀਮਾਂ ਜਲਦ ਬਿਨਾਂ ਕਿਸੇ ਦੇਰੀ ਤੋਂ ਖੇਡ ਮੈਦਾਨ ਦੇ ਵਿੱਚ ਰਿਪੋਰਟ ਕਰਨ ਤੇ ਉਧਰਲੇ ਪਾਸੇ ਕੌਣ ਹੈ ਵੀ ਹਰਦੀਪ ਸਿੰਘ ਕਾਰੀ ਵਾਲਾ ਨੌਜਵਾਨ ਆਪਣੀ ਟੀਮ ਦੇ ਖਾਤੇ ਦੇ ਵਿੱਚ ਨੰਬਰ ਜੋੜ ਗਿਆ ਪਾ ਫਿਰ ਗੱਭਰੂਆ ਕਬੱਡੀ ਹਾਫ ਸਮਾਂ ਇਸ਼ਾਰਾ ਧਾਮੀ ਸਾਹਿਬ ਨੇ ਕੀਤਾ ਵੀ ਅੱਧਾ ਸਮਾਂ ਹੋ ਗਿਆ ਸਾਡੇ ਦਰਮਿਆਨ ਪੁੱਜੇ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬਹੁਤ ਬਹੁਤ ਜੀਆਂ ਨੂੰ ਔਰ ਅੱਜ ਦੇ ਜਿਹੜੇ ਬੈਸਟ ਰੇਡਰ ਤੇ ਜਾਫੀ ਹੋਣਗੇ ਉਹਨਾਂ ਨੂੰ ਸੋਨੇ ਦੀਆਂ ਮੁੰਦੀਆਂ ਪਾ ਕੇ ਸਨਮਾਨ ਦਿੱਤਾ ਜਾਵੇਗਾ ਇਹ ਵੱਡੇ ਮਾਨ ਸਨਮਾਨ ਹੋਣਗੇ ਮੈਂ ਪ੍ਰਬੰਧਕਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਵੱਲੋਂ ਪਹਿਲਾ ਹੀ ਖੇਡ ਮੇਲਾ ਸਿਰੇ ਦਾ ਕਰਵਾਇਆ ਜਾ ਰਿਹਾ ਬਈ ਕਬੱਡੀ ਦੇ ਵਿੱਚ ਜਦੋਂ ਰੇਡਾਂ ਪੈਂਦੀਆਂ ਨੇ ਜੱਫੇ ਲੱਗਦੇ ਨੇ ਸਿਰਾ ਫਿਰ ਹੁੰਦਾ ਹੈ ਜਦੋਂ ਸਿਰੇ ਦੀ ਗੱਲ ਚੱਲਦੀ ਹੈ ਅੱਜ ਕੱਲ੍ਹ ਦੇ ਮੁੰਡੇ ਤਾਂ ਐਵੇਂ ਫੇਸਬੁੱਕ ਤੇ ਵਟਸਐਪ ਤੇ ਸਿਰਾ ਸਿਰਾ ਲਿਖੀ ਜਾਂਦੇ ਆ ਪਰ ਸਿਰਾ ਕਰਾਉਣਾ ਹੋਵੇ ਤੇ ਫਿਰ ਗਰਾਊਂਡ ਦੇ ਵਿੱਚ ਆਉਣਾ ਪੈਂਦਾ ਫਿਰ ਗੱਲ ਵੱਖਰੀ ਹੁੰਦੀ ਹੈ ਚੱਲ ਫਿਰ ਗੱਭਰੂ ਆਪਾਂ ਕਬੱਡੀ ਇੱਕ ਪਾਸੇ ਸੀਚੇ ਵਾਲੀ ਆ ਆਓ ਕਰਾਉਂਦਾ ਸਿਰਾ ਜਦੋਂ ਜੱਫੇ ਲਾਉਂਦਾ ਗੁਰਜੰਟ ਦਾਤਰ ਸਿਰਾ ਕਰਾਉਂਦਾ ਜਦੋਂ ਕਹਿੰਦੇ ਵੀ ਮੈਚ ਦਾ ਪਾਸਾ ਪਲਟਦਾ ਫਿਰ ਗੁਰਜੰਟ ਦਾਤਰ ਵਰਗੇ ਪਿੰਦੂ ਵਰਗੇ ਫਿਰ ਸਿਰਾ ਕਰਾਉਂਦੇ ਆ ਫਿਰ ਗੱਲਾਂ ਹੁੰਦੀਆਂ ਨੇ ਆਓ ਪਿੰਦੂ ਖੇਡ ਮੈਦਾਨ ਦੇ ਵਿੱਚ ਕਰਦਾ ਪਿਆ ਕਮਾਲ ਉੱਠਦੇ ਹੋਏ ਪੈਰ ਬੱਲੇ 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 ਆਓ ਦੇਖਾਂਗੇ ਪਿੰਦੂ ਨੇ ਮੱਥੇ ਤੇ ਹੱਥ ਮਾਰਿਆ ਨੌਜਵਾਨੋ ਜਿਸ ਤਰ੍ਹਾਂ ਕਹਿੰਦੇ ਵੀ ਹਨੀਪ੍ਰੀਤ ਨੇ ਮੱਥੇ ਤੇ ਹੱਥ ਮਾਰਿਆ ਸੀ ਜਦੋਂ ਸਿਰਸੇ ਵਾਲਾ ਟੰਗਿਆ ਸੀ ਫਿਰ ਗੱਲਾਂ ਹੋਈਆਂ ਸਨ ਨੌਜਵਾਨੋ
ਤੇ ਇਧਰਲੇ ਪਾਸੇ ਫਿਰ ਕਬੱਡੀ, ਕਬੱਡੀ ਮਹਾਨ ਕਬੱਡੀ ਰੁਸਤਮ, ਤੇ ਇਧਰਲੇ ਪਾਸੇ ਕੌਣ ਹੈ ਵੀ ਇਧਰਲੇ ਪਾਸੇ ਲਾਲੀ ਦਾ ਵੀ ਵੱਡਾ ਨਾਮ ਹੈ ਲੌਦੀਪੁਰੀ। ਆ ਹੁਣ ਕਰ ਵੱਖਰੀ ਜੀ ਗੱਲ, ਕਰ ਵੱਖਰੀ ਜੀ ਗੱਲ, ਉਧਰਲੇ ਪਾਸੇ ਦੌਣ ਤੇ ਰੱਖਿਆ ਹੋਇਆ ਹੱਥ, ਬੱਲੇ 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 ਹੁੰਦੀ ਹੋਈ ਖੇਡ ਮੈਦਾਨ ਵਿੱਚ ਦੇਖਾਂਗੇ। ਸਮਾਂ ਬੀਤਦਾ ਜਾ ਰਿਹਾ ਹੈ ਕਿ ਸਿੰਘ ਫਸ ਗਏ ਕੁੰਡੀਆਂ ਦੇ, ਮਿੱਤਰਾ ਪੈ ਜੀ ਗੋਡੀ ਲਾ ਕੇ, ਸਿੰਘ ਫਸ ਗਏ ਕੁੰਡੀਆਂ ਦੇ, ਮਿੱਤਰਾ ਪੈ ਜੀ ਗੋਡੀ ਲਾ ਕੇ। ਬਾਕੀ ਸ੍ਰੀ ਰਾਮ ਮੈਚ ਹੋ ਗਈ ਜੀ, ਸਵਾਦ ਆ ਰਿਹਾ, ਕਿਆ ਬਾਤ ਹੈ, ਕਹਿੰਦੇ ਵੀ ਮੈਚ ਸਿਰੇ ਦਾ ਧਾਮੀ ਸਾਹਿਬ ਚੱਲਦਾ ਹੈ, ਬੱਲੇ ਬੱਲੇ ਹੋਈ ਪਈ ਆ ਖੇਡ ਮੈਦਾਨ ਦੇ ਵਿੱਚ। ਬਈਆ ਸੜਕ ਦੇ ਉੱਪਰ ਜਿਹਨਾਂ ਦੇ ਮੋਟਰਸਾਈਕਲ ਗੱਡੀਆਂ ਸਕੂਟਰ ਖੜੇ ਆ, ਮਿਹਰਬਾਨੀ ਕਰਕੇ ਇੱਕ ਸਾਈਡ 'ਤੇ ਕਰ ਲਓ। ਆਹ ਪਾਣੀ ਵਾਲੀ ਟੈਂਕੀ ਜਿੱਧਰ ਖੜੀ ਆ ਉੱਧਰ ਵੱਡੀ ਪਾਰਕਿੰਗ ਹੈ, ਸਾਰੀਆਂ ਗੱਡੀਆਂ ਉੱਧਰ ਲੈ ਆਓ, ਸੋ ਆਵਾਜਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਾ ਪੈਦਾ ਹੋ ਜਾਏ। ਇਸ ਕਰਕੇ ਜਿੰਨੇ ਵੀ ਦਰਸ਼ਕਾਂ ਦੇ ਮੋਟਰਸਾਈਕਲ ਸਕੂਟਰ ਸੜਕ ਦੇ ਉੱਪਰ ਹੈ ਇੱਕ ਸਾਈਡ 'ਤੇ ਕਰ ਦਿਓ, ਕਿ ਸਵਾਰੀ ਜ਼ਿੰਮੇਵਾਰ ਪੋਪੜੇ ਸਮਾਨ ਦੀ ਖੜੀ ਹੈ ਤਿਆਰ, ਗੱਡੀ ਮਰ ਜਾਣੇ ਮਾਣ ਦੀ, ਸੀਟੀ ਵੱਜ ਗਈ ਤੇ ਸਫ਼ਰ ਲਮੇਰੇ, ਨੀ ਟਿਕਟਾਂ ਦੋ ਲੈ ਲਈ, ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਨੀ ਟਿਕਟਾਂ ਦੋ ਲੈ ਲਈ। ਉਧਰਲੇ ਪਾਸੇ ਕਬੱਡੀ ਪੈ ਚੁੱਕੀ ਹੈ, ਸਾਡੇ ਵੱਡੇ ਵੀਰ ਵੱਡਾ ਮਾਣ ਕਰਕੇ ਗਏ ਨੇ, ਪੰਜਾਬੀ ਬੋਲਾਂ ਦਾ ਧੰਨਵਾਦ ਹੈ। ਤੇ ਉਧਰਲੇ ਪਾਸੇ ਰੱਖੜਾਂ ਵਾਲ ਕਰਦਾ ਪਿਆ ਕਮਾਲ, ਕਮਾਲ ਬਹੁਤ ਖੂਬਸੂਰਤ, ਮਤਲਬ ਦਰਸ਼ਕਾਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਵੀ ਮੈਚ ਬਹੁਤ ਸ਼ਾਨਦਾਰ ਚੱਲ ਰਿਹਾ ਹੈ। ਕਾਲਕੜ ਸਾਹਿਬ ਬੱਲੇ ਬੱਲੇ ਹੋਈ ਪਈ ਹੈ ਕਿ ਚਾਹਦੇ ਹੋ ਅਗਰ ਦੀਦਾਰ ਤੋਂ ਨਜ਼ਰੀ ਟਿਕਾ ਕੇ ਰੱਖਣਾ, ਨਸੀਬ ਹੋ ਜਾਂ ਨਕਾਬ ਹੋ, ਸਰਕਤਾ ਜ਼ਰੂਰ ਹੈ। ਉਧਰਲੇ ਪਾਸੇ ਦੇਖਾਂਗੇ ਵੀ ਕੌਣ ਹੈ, ਦਾਤਰ ਦਾਤਰ ਕਰਦਾ ਪਿਆ ਕਮਾਲ, ਖੇਡ ਮੈਦਾਨ ਵਿੱਚ ਬੱਲੇ ਬੱਲੇ ਬੱਲੇ, ਕਿ ਬੱਲੇ ਸ਼ੇਰ ਜਵਾਨਾ ਖੇਡੀ ਜਾ ਵਿੱਚ ਮੈਦਾਨਾ, ਕਿ ਬੱਲੇ ਸ਼ੇਰ ਜਵਾਨਾ। ਬਿੰਦਾ ਗਰੇਵਾਲ ਵੀ ਖੁਸ਼ ਹੈ, ਤੁੰਨਾ ਵੀ ਦੇਖਦਾ ਹੈ, ਵੀ ਪਧਿਆਣੇ ਵਾਲਾ ਵੀ ਦੇਖਦਾ। ਪਿਛਲੇ ਸਾਲ ਇੰਦਰਜੀਤ ਤੁੰਨੇ ਦਾ ਕਹਿੰਦੇ ਵੀ ਵੱਡਾ ਮਾਣ ਹੋਇਆ, ਪੁਰਤਗਾਲ ਦੀ ਵੱਡੀ ਕਲੱਬ ਹੈ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਪੁਰਤਗਾਲ, ਸੋ ਵੱਡੇ ਮਾਨ ਸਨਮਾਨ ਹੋਏ ਸਨ। ਤੇ ਹੈਪੀ ਪਧਿਆਣੇ ਨੂੰ ਵੀ ਮੋਟਰਸਾਈਕਲ ਦਿੱਤਾ ਗਿਆ ਸੀ, ਬਿੰਦੇ ਹੋਣਾ ਨੇ ਪਹਿਲਾ ਕੱਪ ਕਰਵਾਇਆ, ਤੇ ਇਸ ਸਾਲ 19 ਨੂੰ ਦੂਸਰਾ ਕੱਪ ਹੋਣ ਜਾ ਰਿਹਾ। ਤੇ ਇਧਰਲੇ ਪਾਸੇ ਹੋ ਬੱਲੇ, ਇਸ ਵੇਲੇ ਕੌਣ ਹੈ ਹਰਦੀ, ਸਾਡੇ ਸੁਖਜਿੰਦਰ ਸਿੰਘ ਜੀ ਕੰਗਮਾਈ ਤੋਂ ਆਏ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਹਾਂ ਜੀ ਆਇਆਂ ਨੂੰ। ਦਰਸ਼ਕ ਜੀ ਪੂਰਾ ਆਨੰਦ ਮਾਣਦੇ, ਵੀ ਮਿਹਨਤਾਂ ਕੀਤੀਆਂ ਗੱਭਰੂਆਂ ਨੇ ਖੇਡ ਮੈਦਾਨ ਵਿੱਚ ਖੇਡਦੇ ਹੋਏ। ਤੇ ਉਧਰਲੇ ਪਾਸੇ ਕਹਿੰਦੇ ਵੀ ਮੈਚ ਵੀ ਚੋਟੀ ਦਾ, ਕਿ ਵੱਡੇ ਵੱਡੇ ਸਪੌਂਸਰਾਂ ਨੇ ਕੀਤਾ ਪ੍ਰਮੋਟ ਕਬੱਡੀ ਨੂੰ, ਤਾਂ ਹੀ ਵਰਨ ਪਰਾਹੁਣੇ ਵਾਂਗੂ ਡਾਲਰ ਤੇ ਨੋਟ ਕਬੱਡੀ ਨੂੰ, ਕਿ ਸੋਢੀ ਟਿੱਬੇ ਵਾਲਿਆ ਅੱਜ ਕੱਪ ਨੂੰ ਹੱਥ ਕਿਹੜਾ ਪਾਊਗਾ, ਕਿ ਫਸ ਗਿਆ ਮੈਚ ਕਬੱਡੀ ਭਾਰੀ, ਵੀ ਅੱਜ ਕਿਹੜਾ ਸਿਰਾ ਕਰਾਊਗਾ, ਵੀ ਅੱਜ ਕਿਹੜਾ ਸਿਰਾ ਕਰਾਊਗਾ। ਇਹ ਸਿਰੇ ਦੀਆਂ ਗੱਲਾਂ ਹੋਣੀਆਂ। ਕਾਲਕੜ ਸਾਹਿਬ ਮੁਬਾਰਕਾਂ ਤੁਹਾਨੂੰ ਵੀ, ਧਾਮੀ ਜੀ ਫਲੋਚਨ ਧਾਮੀ ਜੀ ਕਾਲਕੜ ਸਾਹਿਬ ਨੂੰ ਵੀ ਮੁਬਾਰਕਾਂ ਬਹੁਤ ਬਹੁਤ ਨੇ, ਕਿ ਅੱਛੀ ਸੂਰਤ ਵਾਲੋ ਕੋ ਸਵਰਨੇ ਕੀ ਜ਼ਰੂਰਤ ਕਿਆ ਹੈ, ਸਾਦਗੀ ਨੇ ਵੀ ਕਿਆਮਤ ਕੀ ਅਦਾ ਹੁਆ ਕਰਤੀ ਹੈ। ਉਧਰਲੇ ਪਾਸੇ ਕਾਲਕੜ ਵੀ ਅੱਜ ਮਿਸਲਾਂ ਮਾਰਦਾ, ਗੋਗੀ ਜੀ ਭੱਬਾਂ ਭਾਰ ਹੋਇਆ, ਤੇ ਉਧਰਲੇ ਪਾਸੇ ਕੁੰਡੀਆਂ ਦੇ ਸਿੰਘ ਫਸੇ ਪਏ, ਵੀ ਮੱਖਣਾ ਗੱਲ ਕੁਝ ਕਰਨੀ ਪੈਣੀ ਹੈ, ਪਾਣੀ ਸਿਰ ਤੋਂ ਲੰਘਦਾ ਜਾ ਰਿਹਾ। ਬੱਲੇ 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 ਹੋਈ ਪਈ, ਕਿ ਜੱਟ ਆਇਆ ਆਈ ਤੇ ਸੁਹਾਗੇ ਉੱਤੇ ਮਾਣ ਨਹੀਂ, ਲੰਘ ਜਾਵੇ ਹਾਥੀ ਪਰ ਪੂਛ ਦਿੰਦਾ ਜਾਣ ਨੇ। ਲਾਲੀ ਪ੍ਰਧਾਨ ਆ ਸਾਡਾ ਭਰਾ ਟੰਗਮਾਈ ਤੋਂ, 20 ਨਵੰਬਰ ਨੂੰ ਰੌਣਕਾਂ ਲੱਗਣੀਆਂ, ਕਿਆ ਬਾਤ ਹੈ। ਲਾਲੀ ਪ੍ਰਧਾਨ ਜੀ ਕਹਿੰਦੇ ਵੀ ਐਸਾ ਹੋ, ਚੰਨੀ ਦੀ ਪਹਿਲਾਂ ਗੱਲ ਕਰ ਲਈਏ, ਤਾੜੀ ਮਾਰ ਦਿਓ ਜ਼ੋਰ ਦੇ ਨਾਲ, ਕਹਿੰਦੇ ਵੀ ਚੰਨੀ ਕਬੱਡੀ ਪਾਉਂਦਾ ਲਾਲੀ ਕਲਾਂ ਦੀ ਧਰਤੀ ਦਾ ਬੱਬਰ ਸ਼ੇਰ, ਹੁਣ ਕੀ ਗੱਲ ਬਣਦੀ ਹੈ। ਉਧਰਲੇ ਪਾਸੇ ਚੰਨੀ ਸਾਡਾ ਲਾਲੀ ਪ੍ਰਧਾਨ ਵੀ ਆਇਆ, ਕਹਿੰਦੇ ਵੀ ਕੰਗਮਾਈ ਦੇ ਵਿੱਚ 20 ਨਵੰਬਰ ਨੂੰ ਰੌਣਕਾਂ ਲੱਗਣੀਆਂ 8 ਕਲੱਬਾਂ, ਤੇ ਓ ਮਿੱਤਰਾਂ ਦਾ ਫਿੱਟ ਫਿੱਟਿਆ, 80-90 ਦੀ ਸਪੀਡ ਉੱਤੇ ਜਾਵੇ, 80-90 ਦੀ ਸਪੀਡ ਉੱਤੇ ਜਾਵੇ, ਬੱਲੇ 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 ਬੱਲੇ, ਚੰਨੀ ਹਟ ਜਾ ਪਿੱਛੇ, ਕੋਈ ਗੱਲ ਨਹੀਂ, ਇਹ ਕਿਹੜਾ ਕੁੰਭ ਦਾ ਮੇਲਾ ਜਿਹੜਾ 12 ਸਾਲ ਬਾਅਦ ਹੋਣਾ, ਅਗਲੀ ਰੇਡ ਫਿਰ ਸਹੀ, ਕੋਈ ਗੱਲ ਨਹੀਂ। ਸੋ ਬਹੁਤ ਤਕੜਾ ਮੈਚ ਹੈ, ਲਾਲੀ ਪ੍ਰਧਾਨ ਜੀ ਆਏ ਹੈ, ਬਹੁਤ ਸਵਾਗਤ ਹੈ, ਸਾਰੀ ਕਮੇਟੀ ਆਈ ਹੈ। 20 ਨਵੰਬਰ ਨੂੰ ਕੰਗਮਾਈ ਦੇ ਵਿੱਚ 8 ਚੋਟੀ ਦੀਆਂ ਕਲਬਾਂ ਭਿੜਨੀਆਂ,
ਸੋ ਸਭ ਨੂੰ ਸੱਦਿਆ। ਨਵੰਬਰ ਮਹੀਨਾ ਵੀ ਭਜਿਆ ਆਉਂਦਾ ਹੈ, ਫਿਰ 14 ਨਵੰਬਰ ਨੂੰ ਕੇਂਦਰੀ ਕੰਧਾਲੀ ਜੱਟਾਂ ਦੇ ਵਿੱਚ ਰੌਣਕਾਂ ਲੱਗਣੀਆਂ ਹੈ। ਐਸੇ ਤਰ੍ਹਾਂ ਗੱਲ ਜਿਹੜੀ 8 ਤੇ 9 ਨਵੰਬਰ ਨੂੰ ਕਾਲੇ ਪਾਗੜੀਆਂ ਦੀ ਧਰਤੀ ਦੀ ਹੋਵੇਗੀ। 25 ਨਵੰਬਰ ਭੋਗਪੁਰ ਦਾ ਵੱਡਾ ਕੱਪ ਹੈ। ਸਾਰੇ ਦਰਸ਼ਕ ਨੋਟ ਕਰ ਲਓ ਕਿ ਗੁਰਜੰਟ ਦਾਤਰ 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 ਹੁਣ ਕੇਂਦਰ ਵਿੱਚ ਚੱਲ ਗਿਆ, ਤਾੜੀ ਮਾਰ ਦਿਓ। ਇਹ ਹੈ ਗੁਰਜੰਟ ਦਾਤਰ। ਖੇਡ ਮੈਦਾਨ ਦੇ ਵਿੱਚ ਲਾਲੀ ਪ੍ਰਧਾਨ ਉਹਨਾਂ ਦੇ ਪਿੰਡ ਦੇ ਵਿੱਚ ਵੀ ਹਰ ਸਾਲ ਸਿਰਾ ਹੁੰਦਾ ਹੈ, ਤੇ ਇਸ ਸਾਲ ਕਹਿੰਦੇ ਵੀ ਉਹਨਾਂ ਨੇ ਵੀ 8 ਕਲਪਾਂ ਨੂੰ ਸੱਦੇ ਦਿੱਤੇ ਹੈ, ਕੁੰਡੀਆਂ ਦੇ ਸਿੰਘ ਫਸਣੇ ਹੈ, ਬਹੁਤ ਸਿਰੇ ਦੀ ਗੱਲ ਹੋਵੇਗੀ ਖੇਡ ਮੈਦਾਨ ਅੰਦਰ। ਐਨ ਗੱਲ ਜਿਹੜੀ ਵੱਡੇ ਪੱਧਰ ਦੀ ਹੋਣੀ ਆ, ਉਹ ਉਧਰਲੇ ਪਾਸੇ ਪਿੰਦੂ ਸੀਚੇ ਵਾਲੀ ਹੈ ਖੇਡ ਮੈਦਾਨ ਦੇ ਵਿੱਚ ਹੈ। ਬਹੁਤ ਤਕੜਾ ਜਿਹਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਚੱਲਦਾ ਹੋਇਆ, ਚੱਲ ਵੀ ਰੱਖਣਾ ਵਾਲਿਆ ਪਾ ਕਬੱਡੀ ਨੌਜਵਾਨ। ਆਓ ਦੇਖੇ ਯਾਰੋ ਮੈਂ ਬੜੇ ਨਜ਼ਾਰੇ ਵੇਖੇ, ਕਬੱਡੀ ਵਿੱਚ ਜਲਵੇ ਭਾਰੇ, ਰੱਖ ਕੇ ਹੱਥ ਫਨ ਦੇ ਉੱਤੇ, ਜਦ ਫਨਕਾਰੇ ਛੱਡਦੇ ਨੇ ਸੋਢੀ ਟਿੱਬੇ ਵਾਲਿਆ, ਯਾਰ ਜਰੀਲੇ ਵਿੱਚ ਮੈਦਾਨੇ ਲੜਦੇ ਨੇ, ਯਾਰ ਜਰੀਲੇ ਵਿੱਚ ਮੈਦਾਨੀ ਲੜਦੇ ਨੇ। ਬਹੁਤ ਤਕੜਾ ਮੈਚ ਹੈ, ਜਿੱਥੇ 20 ਨਵੰਬਰ ਨੂੰ ਕੰਗਮਾਈ ਦੇ ਵਿੱਚ ਵੱਡਾ ਕੱਪ ਹੋਣ ਜਾ ਰਿਹਾ ਹੈ, ਉੱਥੇ ਪਹਿਲੇ ਮੈਚ ਦੇ ਵਿੱਚ ਲੱਖਾ ਖੇਡਿਆ ਕੋਠੇ ਜੱਟਾਂ ਵਾਲ, ਲੱਖੇ ਦੇ ਸਤਿਕਾਰਯੋਗ ਪਿਤਾ ਜੀ ਦਾ ਵੱਡਾ ਮਾਨ ਸਨਮਾਨ ਜੋ ਸੋਨੇ ਦੀ ਮੁੰਦੀ ਦੇ ਨਾਲ ਕੰਗਮਾਈ ਦੇ ਕਬੱਡੀ ਕੱਪ ਦੇ ਵਿੱਚ ਕੀਤਾ ਜਾਣਾ, ਲਾਲੀ ਪ੍ਰਧਾਨ ਜੀ ਤੇ ਉਹਨਾਂ ਦੀ ਸਾਰੀ ਪ੍ਰਬੰਧਕ ਕਮੇਟੀ ਚੜ੍ਹਦੀ ਕਲਾ ਸਪੋਰਟਸ ਕਲੱਬ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਵੱਲੋਂ ਵੱਡੇ ਮਾਨ ਸਨਮਾਨ ਜਿਹੜੇ ਹੈ ਕੰਗਮਾਈ ਦੇ ਵਿੱਚ ਕੀਤੇ ਜਾਣਗੇ। ਆਓ ਚੰਨੀ ਚੰਨੀ ਉਹ ਛੱਡਦੇ ਜਵਾਨਾਂ, ਛੋਟੀ ਜੀ ਜਾਨ ਨੂੰ ਵਕਤ ਪਾ ਛੱਡਿਆ ਜੀ, ਖੇਡ ਮੈਦਾਨ ਦੇ ਵਿੱਚ ਪੱਲੇ ਪੱਲੇ ਹੋ ਗਈ ਹੈ, ਵਾਹ ਵੀ ਸੁਣਿਆ। ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਚੱਲਦਾ ਹੋਇਆ ਸ਼ਾਨਦਾਰ, ਰਾਣਾ ਹੁਣ ਕਰਦਾ ਕਮਾਲ ਪਿਆ, 3 ਨੰਬਰ ਜਾਫੀ ਦੇ ਖਾਤੇ ਜੁੜ ਗਿਆ, ਬੱਲੇ ਵੀ ਸੁਣਿਆ। ਲਾਲੀ ਪ੍ਰਧਾਨ ਵੱਲੋਂ ਸੱਦੇ ਹੈ, ਬਿੰਦੇ ਗਰੇਵਾਲ ਵੱਲੋਂ 19 ਅਕਤੂਬਰ ਦੇ ਲਈ ਸੱਦੇ ਹੈ ਵੀ ਆਦਮਪੁਰ ਦੇ ਵੱਡੇ ਖੇਡ ਮੇਲੇ ਦੇ ਵਾਸਤੇ। ਤੇ ਆਓ ਜਿਹੜੀ ਕਬੱਡੀ ਹੈ ਖੇਡ ਮੈਦਾਨ ਦੇ ਵਿੱਚ ਅੱਜ ਲਹਿਲੀ ਕਲਾਂ ਦੀ ਧਰਤੀ ਦੇ ਬੱਲੇ ਬੱਲੇ ਹੋਈ ਪਈ ਹੈ, ਐਨ ਸਿਰੇ ਦੇ ਮੁਕਾਬਲੇ ਖੇਡ ਮੈਦਾਨ ਦੇ ਵਿੱਚ ਚੱਲਦੇ ਹੋਏ ਦੇਖਾਂਗੇ ਵੀ ਇਸ ਨੌਜਵਾਨ ਨੂੰ ਕੌਣ ਟੱਕਦਾ। ਉਧਰਲੇ ਪਾਸੇ ਸੀਚੇ ਵਾਲੀ ਆ ਬਿੰਦੂ ਖੇਡ ਮੈਦਾਨ ਦੇ ਵਿੱਚ ਕੋਸ਼ਿਸ਼ ਕਰ ਰਿਹਾ ਸੀ ਪਰ ਨੰਬਰ 22 ਦੇ ਹਿੱਸੇ ਦੇ ਵਿੱਚ ਜੁੜ ਗਿਆ। ਆਓ ਗੋਪੀ ਦੀ ਰੇਡ ਪੈਣ ਜਾ ਰਹੀ ਹੈ, ਸਪੈਰੋ ਦੀ ਕਬੱਡੀ ਹੈ, ਐਨ ਸ਼ਾਟਮਾ ਜਿਹਾ ਸਰੀਰ ਹੈ ਮੁੰਡੇ ਦਾ, ਦੇਖਾਂਗੇ ਵੀ ਚਾਰਾਂ ਦੇ ਵਿੱਚੋਂ ਕੌਣ ਹੱਥ ਪਾਉਂਦਾ, ਕੌਣ ਕਰਦਾ ਦੋ ਹੱਥ। 1 ਨੰਬਰ ਤੋਂ ਖੁੰਝ ਪੁੱਟੀ ਜਾ ਰਹੀ ਹੈ, ਪੱਟ ਨੂੰ ਖਿੱਚ ਮਾਰੀ ਹੋਈ ਹੈ ਪਰ ਨੰਬਰ ਜਿਹੜਾ ਲਹਿਲੀ ਕਲਾਂ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ। ਬਹੁਤ ਸ਼ਾਨਦਾਰ ਮੁਕਾਬਲਾ, ਲਾਲੀ ਪ੍ਰਧਾਨ ਉਹਨਾਂ ਦੇ ਵੀ ਵੱਡੇ ਨਾਮ ਹੈ, ਔਰ ਉਧਰ ਬਿੰਦਾ ਗਰੇਵਾਲ ਵੀ ਖੜਾ ਸਾਹਮਣੇ, ਤੇ ਸੱਦੇ ਜਿਹੜੇ ਆਪੋ ਆਪਣੇ ਖੇਡ ਮੇਲਿਆਂ ਦੇ ਲਈ ਦਰਸ਼ਕਾਂ ਨੂੰ ਦਿੱਤੇ ਜਾ ਰਹੇ ਹੈ। ਕੰਧਾਲੇ ਜੱਟਾਂ ਦਾ ਵੀ ਕਬੱਡੀ ਕੱਪ ਜਿਹੜਾ ਹੈ 14 ਨਵੰਬਰ ਨੂੰ ਵੱਡੇ ਪੱਧਰ ਤੇ ਹੋਣਾ ਹੈ, ਉਹਦੇ ਵਾਸਤੇ ਵੀ ਸੱਦੇ ਤੇ ਬਾਗੜੀਆਂ ਪਿੰਡ ਭਲੱਥ ਦੇ ਲਾਗੇ ਹੈ, ਜਿੱਥੇ 8 ਤੇ 9 ਨਵੰਬਰ ਨੂੰ ਰੌਣਕਾਂ, 10 ਤੇ 11 ਨਵੰਬਰ ਜਿਹੜੀ ਹੈ ਉਹ ਫੰਬੀਆਂ ਦੇ ਖੇਡ ਮੇਲੇ ਦੀ ਹੈ, ਉਹਦੇ ਲਈ ਵੀ ਸਭ ਨੂੰ ਸੱਦੇ ਹੈ। ਤੇ ਆਓ ਹਰਦੀਪ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ, ਐਨ ਪੱਟ ਦੇ ਉੱਪਰ ਮਾਰੀ ਹੋਈ ਥਾਪੀ ਹੈ, ਆਓ ਦੇਖਾਂਗੇ ਵੀ ਚਾਰਾਂ ਦੇ ਵਿੱਚੋਂ ਕੌਣ ਡੱਕ ਪਾਉਂਦਾ ਇਸ ਨੌਜਵਾਨ ਨੂੰ। ਉਧਰਲੇ ਪਾਸੇ ਸਾਬੀ ਮਲਸੀਆਂ ਵਾਲਾ ਕਰੂ ਕਮਾਲ, ਕਿਹੋ ਜਿਹਾ ਹਲਕਾ ਜਿਹਾ ਟੱਚ ਵੱਜ ਗਿਆ, ਤੇ ਆਓ ਹਰਦੀਪ ਆਪਣੀ ਟੀਮ ਦੇ ਲਈ ਨੰਬਰ ਜੋੜ ਗਿਆ। ਲੈ ਵੀ ਚੰਨੀ, ਰਣਜੀਤ ਬਾਸ ਕਹਿੰਦਾ ਵੀ ਜੇ ਰੇਡ ਪਾ ਦੇ ਤੇ ਫਿਰ 200 ਦੇ ਮਾਰ ਦਿਆਂਗੇ। ਚੰਨੀ ਕਹਿੰਦਾ ਗੱਲ ਹੀ ਕੋਈ ਨੀ, ਆਰਣ ਤੋਂ ਵਾਪਸ ਮੁੰਡੇ ਨੂੰ ਫਿਰ ਕਰ ਦਿਆਂਗੇ ਕਮਾਲ, ਤੇ ਬੱਲੇ 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 ਹੋਈ ਪਈ ਆ, ਵਾਹਿਗੁਰੂ ਸੀਚੇ ਵਾਲਦ ਨਹੀਂ ਡੱਕ ਸਕਿਆ। 3 ਨੰਬਰ ਧਾਵੀ ਦਾ ਰੱਖਣਾ ਢਾਹਾਂ ਵਾਲੇ ਦੀ, ਅਗਲੀ ਕਬੱਡੀ ਪੈਣ ਜਾ ਰਹੀ ਹੈ ਖੇਡ ਮੈਦਾਨ ਅੰਦਰ, ਕਿ ਵੱਜਣ ਗੀਆਂ ਕੈਂਚੀਆਂ ਤੇ ਨਾਲੇ ਧੌਲ ਤੱਫੇ ਚਟਾਨਾਂ ਵਾਂਗੂ, ਦੇਖੋ ਅੱਜ ਕੌਣ ਟਕਰਾਊਗਾ, ਮੋੜੂਗਾ ਮੂੰਹ ਅੱਜ ਕੌਣ ਸ਼ੂਕ
ਫੂਕ ਦੇ ਤੂਫਾਨਾਂ ਦੇ ਖੇਡ ਆਪਣੀ ਦਾ ਅੱਜ ਕੌਣ ਲੋਹਾ ਮਨਵਾਊਗਾ। ਚਰਨਜੀਤ ਸਿੰਘ ਨੂੰ ਲਾਲੀ ਕਹਿੰਦੇ, ਲਾਲੀ ਪ੍ਰਧਾਨ ਹੋਣੀ ਪੁੱਜੇ ਆਪਣੇ ਸਾਰੇ ਸਾਥੀਆਂ ਦੇ ਨਾਲ, ਉਧਰ ਤੁੰਨਾ ਵੀ ਖੜਾ ਨਾਲ, ਗਿੱਲ ਵੀ ਹੈਪੀ ਪਧਿਆਣੇ ਵਾਲਾ ਵੀ ਖੜਾ ਨਾਲ, ਬਿੰਦਾ ਗਰੇਵਾਲ ਅਰਜਨ ਵਾਲ ਤੋਂ ਹਿੰਦਾ ਵੀ ਖੜਾ, ਸਾਰੇ ਭਰਾਵਾਂ ਦਾ ਵੀ ਸਵਾਗਤ ਹੈ ਜੀਆਂ ਨੂੰ। ਤੇ ਕਬੱਡੀ ਜਿਹੜੀ ਹੈ ਖੇਡ ਮੈਦਾਨ ਦੇ ਵਿੱਚ ਹੈ, ਵੀ ਦਾਤਰ ਮੇਜਰ ਪਰ ਬਿੰਦੂ ਸੀਚੇ ਵਾਲੀ ਨੂੰ ਟੱਚ ਲੱਗ ਗਿਆ। ਇੱਕ ਇੱਕ ਕਬੱਡੀ ਬਾਕੀ ਹੈ ਇਸ ਮੈਚ ਦੀ। ਚੱਲ ਵੀ ਗੋਪੀ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ। ਹੁਣ ਕੀ ਗੱਲ ਬਣਦੀ ਹੈ ਕਿ ਜਿਹੜਾ ਤੀਰ ਨਿਸ਼ਾਨੇ ਉਹ ਖੁੰਝ ਜਾ, ਉਹ ਕਾਹਦਾ ਹਥਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ। ਜਿਹੜਾ ਪਹਿਲਾਂ ਕਰਜੇ ਵਾਰ, ਉਹ ਜਿਹੜਾ ਪਹਿਲਾਂ ਕਰਜੇ ਵਾਰ ਕਿ ਹਵਾਏ ਕਰੇਗੀ ਫੈਸਲਾ ਰੋਸ਼ਨੀ ਕਾ, ਜਿਸ ਦੀਏ ਮੇ ਦਮ ਹੋਗਾ ਵੋ ਟਿਕ ਜਾਏਗਾ। ਹੁਣ ਟੇਕੇ ਕੌਣ ਲਾਉਂਦਾ ਜਫਾ, ਬੱਲੇ ਬੱਲੇ ਹੋਈ ਪਈ ਹੈ ਵੀ ਸਪੈਰੋ ਭੱਜਿਆ ਜਾਂਦਾ ਹੰਦਿਆਂ ਦੇ ਵੱਲ ਨੂੰ, ਬੱਲੇ 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 ਕਿ ਹੋ ਗਿਆ ਹੈ, ਹੋ ਗਿਆ ਤੂੰ ਥੋੜਾ ਜਿਹਾ ਲੇਟ ਮੁੰਡਿਆ, ਵੇ ਬਸ ਹੁਣੇ ਹੀ ਤੁਰੀ ਹੈ ਵੀ ਮੁੰਡਾ ਆਪਣੀ ਟੀਮ ਦੇ ਖਾਤੇ ਨੰਬਰ ਜੋੜ ਗਿਆ। ਇਹ ਹੈ ਆਤਮ ਵਿਸ਼ਵਾਸ। ਤੇ ਅਗਲੀ ਜਿਹੜੀ ਕਬੱਡੀ ਹੈ ਫਿਰ ਖੇਡ ਮੈਦਾਨ ਦੇ ਪੈਂਦੀ ਹੋਈ, ਗੁਰਜੰਟ ਸਿਆਹ ਕੁਝ ਕਰਨਾ ਪੈਣਾ, ਫਿਰ ਗੱਲ ਬਣਨੀ ਅੱਜ ਲਹਿਲੀ ਕਲਾਂ ਦੇ ਵਿੱਚ। ਤੇ ਗੁਰਜੰਟ ਸਿਆਹ ਅੱਜ ਬੱਲੇ ਬੱਲੇ ਹੋਣੀ ਹੈ, ਤੇ ਉਧਰਲੇ ਪਾਸੇ ਉਹ ਦੇਖਾਂਗੇ ਵੀ ਕੌਣ ਹੈ ਮੇਜਰ ਧਾਲੀਵਾਲ ਬੇਟ ਪਿੰਡ ਦਾ, ਜੱਫਾ ਲਾ ਗਿਆ ਤੇ ਆਪਣੀ ਟੀਮ ਦੇ ਖਾਤੇ ਨੰਬਰ ਜੋੜ ਗਿਆ। ਆਓ ਟੀਮਾਂ ਅਗਲੇ ਸੈਮੀ ਦੀਆਂ, ਦੋਨੋਂ ਹੀ ਖੇਡ ਮੈਦਾਨ ਅੰਦਰ ਜਲਦੀ ਦੇ ਨਾਲ। ਹਾਂਜੀ, ਮਾਲਪੁਰ ਦੇ ਨੰਬਰ 20 ਤੇ ਲਹਿਲੀ ਕਲਾਂ ਦੇ 26 ਨੰਬਰ, ਤਾੜੀਆਂ ਮਾਰ ਦਿਓ ਜੀ। ਲਹਿਲੀ ਕਲਾਂ ਦੀ ਟੀਮ ਜੇਤੂ ਰਹੀ ਹੈ, ਲਹਿਲੀ ਕਲਾਂ ਦੀ ਟੀਮ ਜੇਤੂ। ਲਾਲੀ ਜੀ ਮੁਬਾਰਕਾਂ ਸਾਰੇ ਕੋਚਾਂ ਨੂੰ, ਖਿਡਾਰੀਆਂ ਨੂੰ ਅੱਜ ਧੰਨਵਾਦ ਕਰਦੇ ਹਾਂ। ਬਟਾਲੇ ਤੋਂ ਚੰਨੀ, ਕਿਆ ਬਾਤ ਹੈ, ਧੰਨਵਾਦ ਜੀ। ਨਿੱਕਾ ਪ੍ਰਧਾਨ ਕਹਿੰਦਾ ਵੀ ਸਾਨੂੰ ਚੰਨੀ ਤੇ ਮਾਣ ਹੈ, ਤੇ ਬਾਗ ਦੰਦਾਂ ਦੇ ਨਾਲ ਮੋਟਰਸਾਈਕਲ ਖਿੱਚ ਕੇ ਦਿਖਾ ਰਿਹਾ, ਮੋਟਰਸਾਈਕਲ ਬੁਲਟ ਖਿੱਚਿਆ ਜਾ ਰਿਹਾ ਕਿ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ। ਬਲੀ ਸਿੰਘ ਜੀ ਵੀ ਦੇਖਦੇ ਆ ਵੀ ਗੱਲ ਕੀ ਕਰੂ ਬਾਗ। ਸੋ ਨਾਲ ਹੀ ਮੈਂ ਲਾਲੀ ਪ੍ਰਧਾਨ ਦਾ ਜਿੱਥੇ ਸਵਾਗਤ ਕਰਦਾ, ਉੱਥੇ ਸਾਡੇ ਲਖਵੀਰ ਸਿੰਘ ਜੀ ਕੰਗ ਕਨੇਡਾ ਤੋਂ ਆਏ ਆ, ਸਾਲ ਮੈਚਾਂ ਦੇ ਲਈ ਸਪੈਸ਼ਲੀ ਤੌਰ 'ਤੇ ਨਾਲ ਸਰਬਜੀਤ ਕੰਗ ਆਇਆ, ਅਤੇ ਨਾਲ ਸਾਡੇ ਸੁੱਖੀ ਜੀ ਆਏ ਆ। ਉਹ ਤਾੜੀਆਂ ਮਾਰ ਦਿਓ ਜ਼ੋਰ ਦੇ ਨਾਲ ਬਾਗ ਦੇ ਲਈ, ਕਿਆ ਬਾਤ ਹੈ, ਚਾਰ ਗੱਭਰੂ ਬੈਠੇ ਆ, ਕਿਆ ਬਾਤ ਹੈ ਜੀ। ਵੀ ਆਹ ਚਾਰ ਮੁੰਡੇ ਜਿਹੜੇ ਬੈਠੇ ਨਾਲ ਹੀ ਤਾੜੀਆਂ ਮਾਰ ਦਿਓ, ਬੜਾ ਕਸੂਤਾ ਕੰਮ ਹੈ, ਚਾਰ ਬੰਦਿਆਂ ਨੇ ਬਹਿਣਾ ਕਿਹੜਾ ਸੌਖਾ ਬੁਲਟ 'ਤੇ। ਕੈਨੇਡਾ ਦੇ ਪ੍ਰਮੋਟਰਾਂ ਦੀ ਵੀ ਵੱਡੀ ਲਿਸਟ ਆ, ਕਿਉਂਕਿ ਪੰਜਾਬੀ ਜਿੱਥੇ ਵੀ ਜਾਂਦੇ ਆ ਆਪਣੇ ਨਾਂ ਦੀ ਬੱਲੇ ਬੱਲੇ ਕਰਵਾਉਂਦੇ। ਸੋ ਕੰਗ ਸਾਹਿਬ ਆਏ ਆ, ਲਖਵੀਰ ਕੰਗ ਜੀ ਯੰਗ ਕਬੱਡੀ ਕਲੱਬ ਵਾਲੇ ਆਏ ਆ ਗਰਾਊਂਡ ਦੇ ਵਿੱਚ। ਟੀਮਾਂ ਜਲਦੀ ਨਾਲ ਆ ਜਾਓ, ਟਾਈਗਰ ਕਬੱਡੀ ਕਲੱਬ ਸਾਂਦਰੇ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਉਹ ਜਲਦੀ ਦੇ ਨਾਲ ਪਹਿਲੇ ਸੈਮੀਫਾਈਨਲ ਮੈਚ ਦੇ ਲਈ ਗਰਾਊਂਡ ਦੇ ਵਿੱਚ ਆਵੇਗੀ। ਔਰ ਹੁਸ਼ਿਆਰਪੁਰ ਦੇ ਖਿਡਾਰੀਆਂ ਨੂੰ ਵੀ ਮੇਰੀ ਬੇਨਤੀ ਹੈ, ਲਾਡੀ ਕੋਚੀਆਂ ਨੂੰ ਵੀ ਉਹ ਜਲਦੀ ਦੇ ਨਾਲ ਟੀਮ ਨੂੰ ਖੇਡ ਗਰਾਊਂਡ ਦੇ ਵਿੱਚ ਲੈ ਕੇ ਆ ਜਾਣ। ਆਪਾਂ ਪਹਿਲਾ ਸੈਮੀਫਾਈਨਲ ਮੈਚ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਦੋਵਾਂ ਟੀਮਾਂ ਦੇ ਵਿਚਕਾਰ। ਸੋ ਬਿਨਾਂ ਕਿਸੇ ਦੇਰੀ ਤੋਂ ਟੀਮਾਂ ਜਿਹੜੀਆਂ ਖੇਡ ਗਰਾਊਂਡ ਦੇ ਵਿੱਚ ਆ ਜਾਣ ਕਿ ਆ ਕੇ ਨੇ ਦੇਖੋ ਯਾਰ, ਉਹ ਖਿੱਚ ਕੇ ਤਿਆਰੀਆਂ ਕਰ ਕਰ ਮਿਹਨਤਾਂ ਇਹਨਾਂ ਬਾਡੀਆਂ ਸ਼ਿੰਗਾਰੀਆਂ ਕਿ ਵਿੱਚ ਮੈਦਾਨੇ ਲੱਭੂਗਾ ਫਿਰ ਜ਼ੋਰ ਚੋਟੀ ਅੱਡੀ ਦਾ ਕਿ ਬੰਦਾ ਕੌਡੀ ਤੋਂ ਹੀਰਾ ਹੋ ਜਾਂਦਾ, ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ ਕਿ ਬੰਦਾ ਕੌਡੀ ਤੋਂ ਹੀਰਾ ਹੋ ਜਾਂਦਾ, ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ। ਸਾਡੇ ਲਖਵੀਰ ਕੰਗ ਜੀ ਯੰਗ ਕਬੱਡੀ ਕਲੱਬ ਕੈਨੇਡਾ ਦੇ ਵਿੱਚ ਵੱਡਾ ਨਾਮ ਹੈ, ਉਚੇਚੇ ਤੌਰ 'ਤੇ ਆਏ ਆ, ਉਹਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਇੱਧਰਲੇ ਪਾਸੇ ਸਾਡੇ ਬਹੁਤ ਹੀ ਸਤਿਕਾਰਯੋਗ
ਬਿੰਦਾ ਗਰੇਵਾਲ ਜੀ ਤੇ ਇੰਦਰਜੀਤ ਸਿੰਘ ਤੁੰਨਾ ਜੀ ਉਹਨਾਂ ਦੇ ਵੱਲੋਂ 19 ਤਰੀਕ ਦੇ ਲਈ ਖੁੱਲ੍ਹੇ ਸੱਦੇ ਆ ਵੀ ਆਦਮਪੁਰ ਦੇ ਵਿੱਚ ਆਪਾਂ ਵੱਡਾ ਕਬੱਡੀ ਦਾ ਕੱਪ ਕਰਵਾਵਾਂਗੇ। ਦੁਨੀਆ ਦੇ ਚੋਟੀ ਦੇ ਖਿਡਾਰੀ ਜਿਹੜੇ ਉਸ ਟੂਰਨਾਮੈਂਟ ਦੇ ਸੱਦੇ ਹੋਏ ਹੈ ਤੇ ਪਹਿਲੇ ਸੈਮੀਫਾਈਨਲ ਦੀਆਂ ਟੀਮਾਂ ਨੂੰ ਫੇਰ ਮੈਂ ਦੁਬਾਰਾ ਬੇਨਤੀ ਕਰਦਿਆਂ ਵੀ ਟੀਮਾਂ ਜਲਦੀ ਦੇ ਨਾਲ ਮੈਦਾਨ ਦੇ ਅੰਦਰ ਆ ਜਾਣ। ਸੁਖਦੇਵ ਸਿੰਘ ਟਾਈਗਰ ਸਪੋਰਟਸ ਕਲੱਬ ਸਾਂਦਰਾ ਤੇ ਹੁਸ਼ਿਆਰਪੁਰ ਇਹਨਾਂ ਦੇ ਵਿਚਕਾਰ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ, ਫਿਰ ਨੈਕਸਟ, ਫਿਰ ਇੱਕ ਫਾਈਨਲ, ਤਿੰਨ ਮੈਚ ਹੁਣ ਤੱਕ ਬਾਕੀ ਹੈ। ਟੀਮਾਂ ਜਲਦੀ ਦੇ ਨਾਲ ਸਾਡਾ ਸਾਥ ਦਿਓ ਵੀ ਆਪਾਂ ਸੂਰਜ ਦੇਵਤਾ ਦੀ ਹਾਜ਼ਰੀ ਦੇ ਵਿੱਚ ਹੀ ਸਾਰੇ ਮੈਚ ਕਰਵਾਈਏ। ਕਿਉਂ ਨਵੂ ਬੈਨ ਜੀ ਹੈਲੋ 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 ਆਲੰਗੀ ਦੀ ਮੈਚ ਲੈ ਲਓ ਉਧਰੋਂ ਇੱਕ ਸੈਕਿੰਡ ਸੈਮੀਫਾਈਨਲ ਮੈਚ ਦੀਆਂ ਟੀਮਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਉਹ ਵੀ ਤਿਆਰ ਹੋ ਕੇ ਖੇਡ ਗਰਾਊਂਡ ਦੇ ਵਿੱਚ ਆ ਜਾਣ। ਬਹੁਤ ਚੋਟੀ ਦਾ ਜਿਹੜਾ ਮੈਚ ਹੈ ਦੋਵਾਂ ਟੀਮਾਂ ਦੇ ਵਿਚਕਾਰ ਖੇਡਿਆ ਜਾਵੇਗਾ। ਰਾਣਾ ਆਇਆ ਢੰਡਿਆ ਵਾਲਾ ਜਿਹਦੀ ਯਾਰੀ ਕਿਤੇ ਪ੍ਰਿੰਸ ਵੜੈਂਜ ਦੇ ਨਾਲ ਹੈ, ਪ੍ਰਿੰਸ ਵਰਗੇ ਰਾਜੇ ਵਰਗੇ ਸਾਡੇ ਵੀਰ ਜਿਹੜੇ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਜਾ ਵਸੇ ਹੈ, ਸਾਰੇ ਕਬੱਡੀ ਦੇ ਖਿਡਾਰੀਆਂ ਦਾ ਧੰਨਵਾਦ। ਨਾਲ ਕਹਿੰਦੇ ਮੱਝ ਢੋਡੀਆਂ ਵਾਲਾ ਪੁੱਜਿਆ, ਸਾਰੇ ਕਬੱਡੀ ਦੇ ਜਿਹੜੇ ਟੋਪਰ ਖਿਡਾਰੀ ਹੈ, ਗੁਰਭੇਜ ਸਿੰਘ ਭੇਜੇ ਪੱਟਣ ਵਰਗੇ, ਨਾਲ ਗੋਰੀ ਵਰਗੇ ਸਾਰੇ ਕਬੱਡੀ ਦੇ ਖਿਡਾਰੀਆਂ ਨੂੰ ਜੀਆਂ ਨੂੰ। ਹੁਸ਼ਿਆਰਪੁਰ ਦੇ ਖਿਡਾਰੀ ਜਿਹੜੇ ਖੇਡ ਗਰਾਊਂਡ ਦੇ ਵਿੱਚ ਆ ਚੁੱਕੇ ਆ, ਮੇਰੀ ਬੇਨਤੀ ਹੈ ਰੈਫਰੀ ਸਾਹਿਬਾਨਾਂ ਨੂੰ ਵੀ ਆਪਾਂ ਜਲਦੀ ਦੇ ਨਾਲ ਅੱਜ ਦਾ ਪਹਿਲਾ ਸੈਮੀਫਾਈਨਲ ਮੈਚ ਜਿਹੜਾ ਉਹ ਖੇਡ ਗਰਾਊਂਡ ਦੇ ਵਿੱਚ ਸ਼ੁਰੂ ਕਰਦੇ। ਖੇਡ ਵੀ ਕਬੱਡੀ ਹੈ, ਖੇਡਾਂ ਵਿੱਚੋਂ ਵੱਡੀ ਹੈ ਕਿ ਕਿਹਨੇ ਤੈਨੂੰ ਚੁਣਿਆ ਇਹ ਵਾਸਤੇ ਜਵਾਨੀ ਦੇ, ਕਿ ਕਿਹਨੇ ਤੇਰਾ ਰੱਖਿਆ ਇਨਾਮ, ਇਹ ਲੱਖ ਵਾਰੀ ਕਰਾਂ ਮੈਂ ਸਲਾਮ ਉਹਨੂੰ ਝੁੱਕ ਕੇ ਜਿਹਨੇ ਤੈਨੂੰ ਜੰਮਿਆ ਹੀ ਮਾਂ। ਮਾਂ ਖੇਡ ਕਬੱਡੀ ਹੈ, ਪੂਰੀ ਦੁਨੀਆ ਤੇ ਸਿੱਕਾ ਚੱਲਦਾ ਅੱਜ ਕੱਲ੍ਹ ਕਬੱਡੀ ਦਾ ਤੇ ਕਬੱਡੀ ਦੇ ਖਿਡਾਰੀਆਂ ਦਾ। ਇਹ ਕੋਈ ਨਾ ਕਰ ਦਿਓ ਖੇਡ ਗਰਾਊਂਡ ਦੇ ਵਿੱਚ। ਮੇਰੀ ਬੇਨਤੀ ਹੈ ਸੇਵਾਦਾਰਾਂ ਨੂੰ ਵੀ ਆਪਾਂ ਪਾਣੀ ਪਲੀਜ਼ ਮੈਦਾਨ ਦੇ ਵਿੱਚ ਪੁੱਜਦਾ ਕਰਦੇ ਹਾਂ ਕਿ ਸੇਵਾ ਦੇਸ਼ ਦੀ ਜਿੰਦੜੀ ਹੈ, ਬੜੀ ਔਖੀ ਗੱਲਾਂ ਘਰਨੀਆਂ ਢੇਰ ਸਖੱਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਹੈ, ਕਿ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਕਿ ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਹੈ ਕਿ ਉਹਨਾਂ ਹੈਲੋ 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 ਨੈਕਸਟ ਮੈਚ ਵਾਲੀਆਂ ਟੀਮਾਂ ਵੀ ਤਿਆਰ ਹੋ ਕੇ ਗਰਾਊਂਡ ਦੇ ਨਜ਼ਦੀਕ ਆ ਜਾਣਾ। ਹਾਂਜੀ, ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਵਾਰ ਧੰਨਵਾਦ ਕਰ ਦਈਏ ਸਾਡੇ ਅੱਜ ਦੇ ਮੁੱਖ ਮਹਿਮਾਨ ਕੁਝ ਪਲਾਂ ਦੇ ਵਿੱਚ ਆ ਰਹੇ ਨੇ, ਸ਼੍ਰੀ ਰਾਜ ਕੁਮਾਰ ਜੀ MLA ਸਾਹਿਬ, ਉਹਨਾਂ ਦਾ ਸਵਾਗਤ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਣਾ। ਸ਼੍ਰੀ ਮਨਪ੍ਰੀਤ ਕੌਰ ਵੈਸ ਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉਹ ਬੈਠੇ ਹੈ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਰਾਜ ਕੁਮਾਰ ਜੀ ਕੁਝ ਪਲਾਂ ਦੇ ਵਿੱਚ ਆਉਣਗੇ, ਉਸ ਤੋਂ ਪਹਿਲਾਂ ਗੱਲ ਕਬੱਡੀ ਦੇ। ਹਾਂਜੀ ਅਲੀ ਪੱਤਣ ਜੀ, ਸਾਡੇ ਰਾਜ ਕੁਮਾਰ ਜੀ ਚੰਦ ਮਿੰਟਾਂ ਦੇ ਵਿੱਚ ਸਾਡੇ ਕੋਲ ਪੁੱਜਣ ਵਾਲੇ ਆ, ਉਹਨਾਂ ਦਾ ਵੀ ਧੰਨਵਾਦ। ਪਹਿਲੀ ਕਬੱਡੀ ਅਵਤਾਰ ਜੀ ਦੇ ਸਾਹਮਣੇ ਦੇਖਾਂਗੇ ਵੀ ਨੌਜਵਾਨ ਮੱਤ ਪੱਲੇ ਪੱਲੇ, ਵਾਹ, ਪਹਿਲੀ ਰੇਡ ਤੇ ਪਹਿਲਾ ਹੀ ਨੰਬਰ ਜਿਹੜਾ ਅਵਤਾਰ ਸਿੰਘ ਨੇ ਆਪਣੀ ਟੀਮ ਦੇ ਵਾਸਤੇ ਜੋੜ ਲਿਆ। ਚੱਲ ਵੀ ਕੀਪਿਆ ਪਾ ਨੌਜਵਾਨਾਂ ਰੇਡ, ਨੌਜਵਾਨ ਕੀਪਾ ਟਿੰਮੋ ਵਾਲੀ ਆ ਕਬੱਡੀ ਪਾਉਣ ਦੇ ਲਈ ਆ ਗਿਆ ਮੁੰਡਾ ਅੰਬਰਸਰੀ ਆ, ਤੇ ਚਾਰ ਖਿਡਾਰੀ ਜਿਹੜੇ ਬਿਲਕੁਲ ਤਿਆਰ ਪਰ ਤਿਆਰ ਨੇ।
ਚਾਹਾਂ ਦੇ ਵਿੱਚੋਂ ਧਾਰੀਵਾਲ ਬੇੜ ਪਿੰਡ ਦਾ ਗੀਤੂ ਹੈ, ਨਾਲ ਦੇਖਾਂਗੇ ਵੀ ਕਾਲੇ ਸੰਘਿਆਂ ਦਾ ਉੱਡਣਾ ਹੈ, ਨਾਲ ਜੱਸਾ ਰਾਜਪੁਰ ਭਾਈਆਂ ਦਾ ਤੇ ਨਾਲ ਬਿੱਟੂ ਪੁਰ ਹੀਰਾਂ ਵਾਲਾ ਨੌਜਵਾਨ ਤਿਆਰ ਨੇ। ਲਓ ਕੀਪੇ ਦੀ ਰੇਡ, ਸਾਡੇ ਕਾਲਗੜ੍ਹ ਸਾਹਿਬ ਜੀ ਕੀ ਇਸ਼ਾਰਾ ਕਰਨਗੇ ਤੇ ਨੰਬਰ ਰੇਡਰ ਦੇ ਹਿੱਸੇ ਜੁੜੋ ਪਰ ਇਧਰਲੇ ਪਾਸੇ ਉੱਡਣਾ ਤੇ ਨੰਬਰ ਕੀਪਰ ਤਿੰਨੋਂ ਵਾਲੀ ਆਪਣੀ ਟੀਮ ਦੇ ਹਿੱਸੇ।